ஜனாதிபதியில் அல்லது பாப்பெகம்பர் சல்லல்லாஹு அலைஹி வஸல்லம் நே ஜதோ அல்லதி கிதாபன் சுனாயே உஸ் டைம் அப்னே பிதானே பனே கே தமேரே பெகம்பர் தே கத்ல் தே ப்ரோகிராம் பனாவன் வாலியா நே பனாவனா ஷுரூ கர் தேதே அபூ ஜஹல் நே கிலாப் சகிதா தலவார் இஸ் நீயத் இராதே நால் ஜோ மை அல்லாஹ் தே பாக் பைகம்பர் தா சர் முபாரக் கலம் கர்கே நாம் லேசான் லேகின் மேரே பாக் பைகம்பர் தி மஹஃபில் விச் ஆவண் தோ பஹலே ராஸ்தே தே அந்தர் ஹி உதீ முலாகாத் ஹோவேந்தீ ஹை ஏக் ஸஹாபீ ரசூல் ஹஜ்ரத் நஈம் ரஸியல்லாஹு தஆலா அன்ஹு தே நால் ஆகே உம்பர் கிதே தல்வார் சாய் வதியோ ਨਿਆਮ ਚੋਂ ਕੱਢੀ ਵਧਿਓ ਖੈਰੇ ਕਿਹੜੇ ਬਣੇ ਵੈਂਦੇ ਪਿਓ ਅਖੇ ਬਚੋ ਨਹੀਂ ਮਾਂ ਅੱਜ ਮੈਂ ਕੁਰਾਨ ਸੁਣਾ ਬਣ ਵਾਲੇ ਆਪਣਾ ਦੇ ਲਾਲ ਦਾ ਨਰੂਜ਼ ਬਿੱਲਾ ਸਰ ਕਲਮ ਕਰਨੇ ਇਹਨਾਂ ਦੀ ਵਜ੍ਹਾ ਤੋਂ ਮੱਕੇ ਦੇ ਅੰਦਰ ਬਿਰਾਦਰੀਆਂ ਦੋ ਹਿੱਸੇ ਵੀ ਤਕਸੀਮ ਹੋ ਗਈਆਂ ਨਹੇ ਰਾਸਨ ਨਾ ਕੋਈ ਕੁਰਾਨ ਸੁਣਾ ਬਣ ਵਾਲਾ ਰਾਸੀ ਕੁਰਾਨ ਸੁਣ ਕੇ ਆਪਣਾ ਸੀਨਾ ਚਮਕਾ ਚੁੱਕੇ ਆ ਦਿਨ ਮੈਂ ਹੈਰਾਨ ਹੋ ਗਿਆ ਇਹ ਕੀ ਬਣ ਗਿਆ ਪੁਰਾਣੀ ਇਨਕਲਾਬ ਤਾਂ ਮੇਰੇ ਘਰ ਦੇ ਅੰਦਰ ਵੀ ਦਾਖਲ ਹੋ ਗਿਆ ਹੈ ਮੈਨੂੰ ਪਤਾ ਹੀ ਨਹੀਂ ਲੱਗਾ ਆ ਦਿਨ ਜਦੋਂ ਮੈਂ ਆਪਣੀ ਅਮਸ਼ੀਰਾਂ ਦੇ ਦਰਵਾਜ਼ੇ ਤੇ ਆਇਆ ਤੇ ਮੈਂ ਦਸਤਕ ਦਿੱਤੀ ਮੋਹਤਰਮ ਹਾਜੀ ਮਾਸਟਰ ਇਸਮਾਈਲ ਸ਼ਹਿਰ ਹਜ਼ਰਤ ਉਮਰਾਂ ਦੇ ਮੈਂ ਆਪਣੀ ਅਮਸ਼ੀਰਾਂ ਦੇ ਦਰਵਾਜ਼ੇ ਤੇ ਦਸਤਕ ਦਿੱਤੀ ਅੰਦਰੋਂ ਅੱਲਾ ਦੇ ਕੁਰਾਨ ਦੇ ਪੜ੍ਹੀ ਮੜਦੀ ਆਵਾਜ਼ ਪਈ ਆਉਂਦੀ ਆਈ ਅੰਦਰ ਕੁਰਾਨ ਦੀ ਮਹਿਫਿਲ ਲੱਗੀ ਪਈ ਤੇ ਹਜ਼ਰਤ ਖੁਬੈਬ ਰਜ਼ੀ ਅੱਲਾਹੁ ਤਾਲਾ ਅਨਹੁ ਹਜ਼ਰਤ ਉਮਰ ਦੀ ਅਮਸ਼ੀਰਾ ਦੇ ਘਰ ਦੇ ਅੰਦਰ ਦਰਸ਼ ਕੁਰਾਨ ਪੈਂਦੇ ਦਿਆਲ ਜਦੋਂ ਦਸਤਕ ਆਈ ਅਮਸ਼ੀਰਾ ਪੁੱਛੇ ਕੌਣ ਹੈ ਸਾਡਾ ਦਰਵਾਜ਼ਾ ਖੜਕਾਵਣ ਵਾਲਾ ਮੈਂ ਆਪਣਾ ਦੱਸੇ ਉਹਨਾਂ ਨੇ ਆਪਣੇ ਉਸਤਾਦਾਂ ਨੂੰ ਅੰਦਰ ਚ ਛੁਪਾਇਆ ਹੈ ਦਰਵਾਜ਼ਾ ਖੋਲਿਆ ਮੈਨੂੰ ਪਤਾ ਲੱਗਾ ਜੋ ਤੂੰ ਬਾਪ ਦਾਦਾ ਦਾ ਦੀਨ ਛੋੜ ਚੁੱਕੀ ਹੈ ਤਾਂ ਮੁਹੰਮਦ ਰਸੂਲ ਲਿਆ ਹੋਇਆ ਦੀਨ ਕਬੂਲ ਕਰ ਚੁੱਕੀ ਹੈ ਮੇਰੀ ਅਮਸ਼ੀਰਾ ਨੇ ਆਖਿਆ ਮੇਰਾ ਵੀਰਾ ਇੱਥੇ ਗੱਲ ਹੈ ਅੱਲਾ ਦਾ ਸ਼ੁਕਰ ਹੈ ਜਿਸਨੇ ਆਮਨਾ ਦਾ ਲਾਲ ਵੀ ਦਿੰਦਾ ਹੈ ਸੋਹਣਾ ਕੁਰਾਨ ਵੀ ਦਿੰਦਾ ਹੈ ਮਿਹਰਬਾਨੀ ਪਹਿਲੇ ਤੇ ਜਾਨ ਪੁੱਤਰ ਨੂੰ ਪੁੱਜ ਦਿਆ ਸੇ ਸੁਣਿਆ ਕਿ ਕੁਰਾਨ ਸੁਣਾਇਆ ਹੈ ਉਹਨਾਂ ਬੇਜਾਨਾਂ ਕੋਲੋਂ ਜਾਨ ਛੁੱਟ ਗਈ ਏ ਰਹਿਮਾਨ ਨਾਲ ਯਾਰੀਆਂ ਅੱਲਾ ਕੈ ਉਮਰਾ ਦਿਨ ਮੈਨੂੰ ਇਤਨਾ ਗੁੱਸਾ ਆਈ ਕਿ ਮੈਂ ਥੱਪੜ ਮਾਰਿਆ ਆਪਣੀ ਅਮਸ਼ੀਰਾਂ ਨੂੰ ਗੁੱਸੇ ਦੇ ਅੰਦਰ ਉਹਨਾਂ ਦੇ ਕੰਨਾਂ ਦੀਆਂ ਵਾਲੀਆਂ ਚਿਹਰੇ ਦੇ ਅੰਦਰ ਘੁਸ ਗਈਆਂ ਤੇ ਖੂਨ ਵੀ ਜਾਰੀ ਹੋ ਗਿਆ ਹੱਤਾ ਕਿ ਉਹ ਗਿਰ ਗਈ ਫਿਰ ਦੀ ਉੱਠ ਕੇ ਮੇਰਾ ਵੀਰ ਮੈਂ ਮਰ ਨਾ ਸਕਦੀ ਹਾਂ ਪਰ ਮੈਂ ਮੁਹੰਮਦ ਰਸੂਲ ਅੱਲਾ ਦਾ ਮਿਸ਼ਨ ਨਹੀਂ ਛੋੜ ਸਕਦੀ ਮੈਂ ਆਪਣੇ ਭੈਣੋ ਸ਼ਹੀਦ ਨੂੰ ਵੀ ਮਾਰਿਆ ਬੇਚਾਰਾ ਬੇਹੋਸ਼ ਹੋ ਗਿਆ ਹੈ ਪਹਿਲਾਂ ਫਿਰ ਮੇਰੀ ਅਮਸ਼ੀਰਾ ਨੇ ਜਦੋਂ ਮੈਨੂੰ ਆਖਿਆ ਉਮਰਾ ਜਿਸ ਬਾਪ ਦਾ ਫੋਨ ਤੇਰੀ ਰੰਗਾਂ ਵਿੱਚ ਦੌੜਦਾ ਹੈ ਉਸੇ ਬਾਪ ਦਾ ਫੋਨ ਮੇਰੀ ਰੰਗਾਂ ਵਿੱਚ ਵੀ ਦੌੜਦਾ ਹੈ ਜਿਸ ਅੰਮੀ ਦਾ ਦੁੱਧ ਪੀ ਕੇ ਤੂੰ ਜਵਾਨ ਹੋਇਆ ਹੈ ਉਸੇ ਮਾਂ ਦਾ ਖੀਰ ਤੇ ਦੁੱਧ ਮੈਂ ਵੀ ਪੀ ਹੋਇਆ ਹੈ ਅੱਤਾ ਕਿ ਅਗਰ ਤੂੰ
ਕੁਫਰ ਦੇ ਅੰਦਰ ਮਜ਼ਬੂਤ ਹੈ ਤਾਂ ਸੁਣ ਲਵੀ ਮੈਂ ਤੇਰੇ ਅੰਦਰ ਲੋਕੀ ਗੁਨਾ ਜ਼ਿਆਦਾ ਆਪਣਾ ਦਿਲਾਂ ਦੀ ਗੁਲਾਮੀ ਦੇ ਅੰਦਰ ਮਜ਼ਬੂਤ ਉਮਰਾਂ ਦੇ ਮੈਂ ਹੈਰਾਨ ਹੋ ਗਿਆ ਜਗ ਦੇ ਵਿੱਚ ਉਮਰਾਂ ਦੇ ਮੈਂ ਹੈਰਾਨ ਹੋ ਗਿਆ ਇਹ ਕੀ ਮਾਜਰਾ ਬਣ ਗਿਆ ਹੈ ਮੇਰੀ ਹਮਸ਼ੀਰਾ ਕਿਵੇਂ ਬੋਲਦੀ ਪਈ ਹੈ ਅੱਗੇ ਤਾਂ ਕਦੇ ਵੀ ਇੰਜ ਮੇਰੇ ਅੱਗੋਂ ਉੱਚੀ ਆਵਾਜ਼ ਨਾਲ ਗੱਲ ਨਹੀਂ ਕਰਦੀ ਪਹਿਲਾਂ ਫਿਰ ਮੈਨੂੰ ਸਮਝ ਆ ਗਈ ਕਿ ਇਹਦੇ ਪਿੱਛੇ ਕਈ ਹੋਰ ਗੱਲ ਹੈ ਮੈਂ ਆਖਿਆ ਸਰ ਮੈਨੂੰ ਉਹ ਕਿਤਾਬ ਤਾਂ ਸੁਣਾਈ ਜਾਵੇ ਜਿਸ ਕਿਤਾਬ ਦਾ ਦਰਸ ਹੁੰਦਾ ਪਿਆ ਤੁਹਾਡੇ ਵਿਹੜੇ ਦੇ ਅੰਦਰ ਮੈਨੂੰ ਆਖਿਆ ਗਿਆ ਗੁਸਲ ਕਰੋ ਤਾਂ ਜਦੋਂ ਮੈਂ ਗੁਸਲ ਕਰ ਲਿਆ ਮੈਂ ਆ ਕੇ ਬੈਠਾ ਮਾਰ ਸਹਿਰ ਸਾਹਿਬ ਉਮਰਾਂ ਦੇ ਹੁਣ ਮੇਰਾ ਦਿਲ ਕੀਤਾ ਹੈ ਕਿ ਮੈਂ ਅੱਲਾ ਦਾ ਕੁਰਾਨ ਸੁਣਾ ਪਹਿਲਾਂ ਫਿਰ ਕੁਰਾਨ ਸੁਣਾ ਬਣ ਵਾਲੇ ਨੇ ਪੜਿਆ ਉਮਰ ਸੁਣਨ ਵਾਲਾ ਸੁਣਦਾ ਬੈਠਾ ਅੰਦਾਜ਼ ਆਈ ਤੁਆ ਮੈਂ ਉਹਦੇ ਸੀਨੇ ਨੂੰ ਨੂਰ ਈਮਾਨ ਨਾਲ ਚਮਕਾਉਂਦਾ ਜਾਵਾਂ
ਸੁਭਾਨ ਅੱਲਾਹ, ਇੱਕ ਵਾਰ ਮਿਲ ਕੇ ਕਹੋ ਸੁਭਾਨ ਅੱਲਾਹ। ਇਹ ਪਰੇਸ਼ਾਨੀਆਂ ਦਾ ਪਹਿਲਾ ਹੱਲ ਹੀ ਅੱਲਾਹ ਦੇ ਕੁਰਾਨ ਨਾਲ ਦਿਲੋ ਦਿਲੋ ਯਾਰੀਆਂ ਲਾ ਆਖੋ ਇਨਸ਼ਾਅੱਲਾਹ। ਇਸ ਨੂੰ ਪੜਿਆ ਵੀ ਕਰ, ਇਸ ਨੂੰ ਸਮਝਿਆ ਵੀ ਕਰ, ਤਾਂ ਜਿਹੜੀਆਂ ਗੱਲਾਂ ਸਮਝ ਆਵਣ ਉਸਤੇ ਅਮਲ ਦਾ ਜਜ਼ਬਾ ਦਾ ਇਰਾਦਾ ਵੀ ਪੱਕਾ ਰੱਖਿਆ ਕਰ। ਹੱਤਾ ਕਿ ਉਮਰਾ ਦਿਲ, ਜਦੋਂ ਮੈਂ ਕੁਰਾਨ ਸੁਣਿਆ ਮੇਰੇ ਦਿਲ ਦੀ ਜ਼ਿੰਦਗੀ ਅੱਲਾਹ ਤਬਦੀਲ ਫਰਮਾ ਦਿੱਤੀ, ਮੇਰੇ ਆਸੂ ਜਾਰੀ ਹੋ ਗਏ, ਜੋ ਕਿ ਕੁਰਾਨ ਡਾਇਰੈਕਟ ਦਿਲ ਦੇ ਉੱਤੇ ਅਸਰ ਕਰਦਾ ਹੈ। ਅੱਲਾਹ ਫਰਮਾ ਦੇ ਨਵ ਸ਼ਿਫਾ ਕਰਦਾ ਰਿਹਾ। ਹੈਰਾਨਗੀ ਦੀ ਗੱਲ ਦੋ ਸ਼ਖਸੀਅਤ
ਸ਼ਖਸੀਅਤਾਂ ਦੇ ਬਾਰੇ ਅੱਲਾ ਦੇ ਨਬੀ ਨੇ ਦੁਆ ਕੀਤੀ ਆਈ, ਇੱਕ ਅਮਰ ਬਣੇ ਅਸ਼ਾਮ, ਇੱਕ ਉਮਰ ਬਣੇ ਸਦਾਬ, ਇਹ ਦੋਵੇਂ ਤਿਆਰ ਹੋਏ ਖਲੋਤੇ ਨੇ, ਇੱਕ ਕਤਲ ਕਰਾਵਣ ਵਾਸਤੇ, ਦੂਜਾ ਕਤਲ ਕਰਨ ਵਾਸਤੇ, ਲੇਕਿਨ ਤਕਦੀਰ ਮੁਸਕਰਾਉਂਦੀ ਪਈ ਆਈ, ਉਮਰਾ ਤੂੰ ਜਲਦਬਾਜ਼ੀ ਕੀਤੀ ਏ ਆਵਣ ਦੇ ਅੰਦਰ, ਅਸੀਂ ਹੁਣ ਤੈਨੂੰ ਖਾਲੀ ਵੰਜਣ ਦੇਵਣਾ ਕੋਈ ਨਹੀਂ, ਆਇਆ ਤਾਂ ਤੂੰ ਹੋਰ ਇਰਾਦੇ ਅਚਾਨਕ ਮੇਰੇ ਦਿਲ ਵਿੱਚ ਘਰ ਕਰ ਗਈ। ਪੈਗੰਬਰ ਨੂੰ ਅੱਲਾ ਨੇ ਇਤਨਾ ਰੋਬ ਦਿੱਤਾ ਆਈ ਕਿ ਕੋਈ ਆਪਣੇ ਸਾਹਮਣੇ ਆ ਕੇ ਮੁਕਾਬਲਾ ਵੀ ਨਹੀਂ ਕਰ ਸਕਦਾ। ਮੇਰੇ ਪੈਗੰਬਰ ਨੇ ਸੱਜੇ ਮੋਢੇ ਕੋਲੋਂ ਫੜ ਕੇ ਆਖਿਆ, ਉਮਰਾ ਕਦੋਂ ਦਿਨ ਨਾ ਬਣਾਏ ਜਦੋਂ ਤੇਰਾ ਸੀਨਾ ਇਸਲਾਮ ਵਾਸਤੇ ਖੁੱਲ ਵਜਣਾ ਹੈ। ਉਮਰ ਆਖਿਆ, ਪਿਛਲਿਆਂ ਦੀਆਂ ਮਾਫੀਆਂ ਮੰਗਦਾ, ਜਲਦੀ ਕਰੋ, ਜ਼ਰਾ ਰਹਿਮਤ ਵਾਲਾ ਹੱਥ ਫੈਲਾਓ ਤੇ ਮੈਨੂੰ ਆਪਣਾ ਕਲਮਾ ਪੜਾ। ਉਮਰ ਨੇ ਇਸਲਾਮ ਕਬੂਲ ਕੀਤਾ, ਮੱਕੇ ਦੀਆਂ ਘਾਟੀਆਂ ਵੀ ਗੂੰਜਣ ਲੱਗ ਪਈਆਂ ਉਮਰ ਦੇ ਇਸਲਾਮ ਕਬੂਲ ਕਰਨ ਦੇ ਨਾਲ। ਹੁਣ ਨਮਾਜ਼ ਦਾ ਕੋਈ ਵਕਤ ਨੇੜੇ ਆਈ, ਸਾਥੀ ਵੁਜ਼ੂ ਕਰਨ ਲੱਗ ਪੈਣ। ਉਮਰ ਪੁੱਛਦਾ ਹੈ, ਤੇਰਾ ਆਵਣਾ ਇਹਨਾਂ ਨੂੰ ਚੰਗਾ ਨਹੀਂ ਲੱਗਾ, ਕੋਈ ਕਿਤੇ ਉੱਠਦਾ ਹੈ, ਕੋਈ ਉਹਦੇ ਉੱਠਦਾ ਹੈ। ਆਕਾ ਫਰਮਾਇਆ, ਨਹੀਂ ਨਹੀਂ, ਨਮਾਜ਼ ਦਾ ਟਾਈਮ ਹੈ, ਪੜ੍ਹਨੀ ਹੈ। ਆਖੇ, ਕਿੱਥੇ ਪੜ੍ਹਨੀ ਹੈ? ਜਾਣੇ ਤਾਰਿਆ ਰਕਮ ਦੇ ਅੰਦਰ। ਆਖੇ, ਉਮਰ ਕਿਹਦੀ ਵਜ੍ਹਾ ਕੇ? ਜਾਣੇ ਕਾਫਰਾਂ ਮਨਾ ਕੀਤਾ ਹੋਇਆ ਬੈਤੁੱਲਾ ਵਿੱਚ ਆ ਕੇ ਦੇਵੇ ਪੜ੍ਹ ਸਕਦੇ। ਉਮਰ ਆਖਿਆ, ਯਾ ਰਸੂਲ ਅੱਲਾ, ਉਮਰ ਇਸਲਾਮ ਕਬੂਲ ਨਹੀਂ ਕੀਤਾ, ਤਾਂ ਵੀ ਨਮਾਜ਼ ਅੰਦਰ ਪਈਆਂ ਹੁੰਦੀਆਂ। ਜੇ ਉਮਰ ਇਸਲਾਮ ਕਬੂਲ ਕਰ ਲੈ, ਮੁੜ ਵੀ ਨਮਾਜ਼ ਅੰਦਰ ਹੀ ਆਉਣ ਤੇ ਉਮਰ ਦੇ ਆਵਣ ਜਾਵਣ ਦਾ ਕੋਈ ਫਾਇਦਾ ਹੋਇਆ ਹੈ? ਅੱਲਾ ਦੇ ਪਾਕ ਪੈਗੰਬਰ ਜੀ, ਅੱਜ ਨਮਾਜ਼ ਬੈਤੁੱਲਾ ਦੇ ਅੰਦਰ ਹੋਣੀ ਹੈ। ਜਿਹੜੇ ਕਾਫਰਾਂ ਐਲਾਨ ਕੀਤਾ ਹੋਇਆ ਹੈ, ਤਾਂ ਸਾਡੀ ਹਲੇ ਤੱਕ ਜਮਾਤ ਕੋਈ ਵਡੇਰੀ ਨਹੀਂ ਬਣੀ। ਉਮਰਾ ਦਿਨ, ਯਾ ਰਸੂਲ ਅੱਲਾ, ਜਿਹੜਾ ਕੁਰਾਨ ਨਾਲ ਫੈਜ਼ ਮੈਨੂੰ ਮਿਲ ਗਿਆ, ਹੁਣ ਅੱਗੇ ਅੱਗੇ ਉਮਰ ਚਲਸੀ ਤੇ ਵੇਖਣਾ ਚਾਹੁੰਦਾ ਹੈ ਜੋ ਆਪਣਾ ਦੇ ਲਾਲ ਦਿਨ ਕਿਹੜੀ ਮੇਲੀਆ ਖੁੱਟਦੀ ਹੈ। ਉਮਰ ਨੇ ਫਿਰ ਐਲਾਨ ਕੀਤਾ, ਜਿਸਨੇ ਆਪਣੇ ਬੱਚੇ ਯਤੀਮ ਕਰਾਉਣੇ ਹੋਏ ਤਾਂ ਮੈਦਾਨ ਚ ਆ ਜਾਵੋ, ਸੁਣ ਲਵੋ, ਉਮਰ ਨੇ ਆਪਣਾ ਦੇ ਲਾਲ ਦਾ ਕਲਮਾ ਪੜ੍ਹ ਲਿਆ। ਕਮਾਲ ਦਿਨ ਹੋਗਾ, ਹਨ ਥੋੜੇ ਲੇਕਿਨ ਹਨ ਮੁਖਲਿਸ, ਲੇਕਿਨ ਕਿਤਨੇ ਕੀਮਤੀ ਲੋਕ ਹੈ। ਅੱਲਾ ਦੇ ਪਾਕ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਦੇ ਉੱਤੇ ਆਵਣ ਵਾਲੀ ਕਿਤਾਬ ਕੁਰਾਨ ਮੁਕੱਦਸ ਦੇ ਵਿੱਚ ਅੱਲਾ ਨੇ ਬਰਕਤ ਰੱਖੀ ਹੈ। ਤਵਜੋ ਕਰਿਆ, ਪਰੇਸ਼ਾਨੀਆਂ ਤਾਂ ਦੋ ਹਲ ਅੱਲਾ ਬਿਆਨ ਕੀਤੇ, ਇੱਕ ਕਸਰਤ ਦੇ ਨਾਲ ਕੁਰਾਨ ਪੜ੍ਹਿਆ ਵੀ ਕਰ, ਸੁਣਿਆ ਵੀ ਕਰ, ਸਮਝਿਆ ਵੀ ਕਰ। ਜਿਹੜਾ ਇਸ ਨੂੰ ਸੀਨੇ ਨਾਲ ਲੈਂਦਾ ਬਹਿੰਦਾ ਹੀ, ਅੱਲਾ ਉਹਦੀ ਦੁਨੀਆ ਵੀ ਬਣਾ ਦਿੰਦਾ ਹੈ ਤੇ ਆਖਰਤ ਵੀ ਬਣਾ ਦਿੰਦਾ ਹੈ। ਸੁਭਾਨ ਅੱਲਾਹ, ਇਹ ਥੋੜ੍ਹਾ ਹੋਣਾ ਲੰਗੜੇ ਸਾਹਬੀ, ਥੋੜਾ ਜਿਹਾ ਪੈਰਾਂ ਦੇ ਅੰਦਰ ਮਸਲੇ ਸਹੀ ਨਹੀਂ ਚੱਲ ਸਕਦੇ। ਗਜ਼ਵੇ ਉਹ ਦੇ ਮੌਕੇ ਦੇ ਉੱਤੇ ਹਜ਼ਰਤ ਅਮਰ ਜਬੂ ਦੇ ਜਿਹੜੇ ਬੇਟੇ ਚਾਰ ਕੜੀਆਂ ਜਵਾਨ, ਇਹ ਤਿਆਰ ਹੋ ਗਏ, ਯਾ ਰਸੂਲ ਅੱਲਾ, ਅਸੀਂ ਆਵਣ ਵਾਸਤੇ ਤਿਆਰ ਆ, ਸਾਡਾ ਦਿਲ ਕਰਦਾ ਜੋ ਅਸੀਂ ਇਸ ਗਜ਼ਵੇ ਵਿੱਚ ਸ਼ਰੀਕ ਹੋਈਏ। ਲੇਕਿਨ ਕੀ ਵੇਖਿਆ? ਤਵੱਜੋ ਕਰੀ, ਲੰਗੜਾ ਜਿਹੜਾ ਹੈ ਉਹਨਾਂ ਦਾ ਬਾਲੇ ਦੇ ਮੋਹਤਰਮ, ਉਹ ਵੀ ਆਪਣੀਆਂ ਤਿਆਰੀਆਂ ਪਿਆ ਕਰਦਾ ਹੈ ਜੋ ਇਸ ਗਜ਼ਵੇ ਵਿੱਚ ਮੈਂ ਵੀ ਸ਼ਰੀਕ ਹੋਣਾ ਚਾਹੁੰਦਾ। ਸਮਝਾਇਆ, ਅੱਬਾ ਜੀ ਤੁਹਾਡੀ ਉਮਰ ਹੈ, ਥੋੜ੍ਹੀ ਜਿਹੀ ਇਜਾਜ਼ਤ ਵੀ ਹੈ, ਸ਼ਰੀ ਤੌਰ 'ਤੇ ਉਮਰ ਦਾ ਤਕਾਦਾ ਹੀ ਹੈ, ਲੱਭ ਦੇ ਵਿੱਚ ਪੁੱਛ ਲਈਏ, ਤੁਸੀਂ ਘਰ ਰਹਿ ਜਾਓ। ਇੰਨਾ ਕਿਹਾ, ਨਹੀਂ ਨਹੀਂ, ਚੱਲੋ ਰਸੂਲੁੱਲਾ ਦੀ ਮਹਿਫਿਲ ਵਿੱਚ ਜਾਂਦੇ ਹੈ, ਸੱਲੱਲਾਹੁ ਅਲੈਹਿ ਵਸੱਲਮ। ਅੱਲਾ ਦੇ ਪਾਕ ਪੈਗੰਬਰ ਜੀ, ਅਸੀਂ ਚਾਰੋ ਫੇਰਾ ਤਿਆਰ ਆਏ, ਸਾਡੇ ਬੁੱਢੇ ਅੱਬਾ ਜੀ ਨੂੰ ਆਖੋ ਤੁਸੀਂ ਘਰ ਰਹਿ ਵੰਜੋ। ਅੱਗੋ ਸਾਹਬੀ ਰੋਂਦਾ ਬੈਠਾ, ਲਿਆ ਦਾ ਹਿੰਦੀ ਮੁਸ਼ਤਾਕ ਮੈਂ ਅੱਲਾ ਦਾ ਨਬੀ, ਮੇਰੇ
ਜਗ ਦਿਲ ਕਰਦਾ ਕਿ ਮੈਂ ਵੀ ਜੰਨਤ ਵਿੱਚ ਜਾਵਾਂ, ਬੇਸ਼ੱਕ ਮੇਰੀ ਲੱਗ ਦਾ ਮਸਲਾ ਹੈ ਪਰ ਮੇਰੇ ਦਿਲ ਦਾ ਈਮਾਨ ਦਾ ਮਸਲਾ ਤਾਂ ਕੋਈ ਨਹੀਂ। ਮੇਰਾ ਵੀ ਦਿਲ ਕਰਦਾ ਜੋ ਤੁਹਾਡੀ ਗੁਲਾਮੀ ਵਿੱਚ ਲੜਦਾ ਲੜਦਾ ਜਾਵੇ, ਸ਼ਹਾਦਤ ਨੋਸ਼ ਫਰਮਾ ਜਾਵਾਂ। ਅੱਲਾ ਦੇ ਨਬੀ ਫਰਮਾਇਆ, ਚਲੋ ਯਾਰ ਇਹਨਾਂ ਦਾ ਜਜ਼ਬਾ ਇੰਨੇ ਇਹਨਾਂ ਨੂੰ ਜਾਵਣ ਦਿਓ, ਜਦੋਂ ਇਹ ਚੱਲੇ ਕਦਮ ਉਹਦੇ ਅੰਦਰ ਕਾਫਰਾਂ ਨਾਲ ਲੜਦੇ ਲੜਦੇ ਉਹ ਥਾਈ ਸ਼ਹੀਦ ਹੋ ਗਏ। ਜਦੋਂ ਸ਼ੁਹਾਦਾ ਦੀਆਂ ਕੁਝ ਲਾਸ਼ਾਂ ਨੂੰ ਵਾਪਸੀ ਮਦੀਨਾ ਲਈ ਮੁੰਤਕਿਲ ਕਰਨ ਦਾ ਇਰਾਦਾ ਕੀਤਾ, ਇਹਨਾਂ ਦੇ ਵਰਸਾ ਨੇ ਇਹਨਾਂ ਦੀ ਮਈਅਤ ਨੂੰ ਉੱਠਣੀ ਦੇ ਉੱਤੇ ਰੱਖਿਆ ਹੈ, ਲੇਕਿਨ ਉੱਠਣੀ ਮਦੀਨੇ ਵਾਲੇ ਮਣੇ ਚਲਦੀ ਨਹੀਂ, ਵਾਪਸੀ ਗਦਵੇ ਉਹਦਾਲੇ ਮਣੇ ਮੈਦਾਨੇ ਉਹਦਾਲੇ ਮਣੇ ਕਰੇ ਦਿਨ ਤੇ ਚੱਲਣ ਲੱਗ ਪਾਉਂਦੀ ਹੈ। ਅੱਲਾ ਦੇ ਪਾਕ ਪੈਗੰਬਰ ਜੀ ਬੜੇ ਹੈਰਾਨ ਹੈ, ਉਠਣੀ ਪਾਵੀ ਇਸ ਮਣੇ ਚਲਾਈਏ ਚਲਦੀ ਏ, ਲੇਕਿਨ ਮਦੀਨਾ ਵਾਲੇ ਮਣੇ ਨਹੀਂ ਪਈ ਚਲਦੀ, ਸਮਝ ਨਹੀਂ ਆਉਂਦੀ। ਅੱਲਾ ਦੇ ਨਬੀ ਫਰਮਾਇਆ, ਬੰਜੋ ਇਹਨਾਂ ਦੀ ਬੇਵਾ ਕੋਲੋ ਬੰਨ ਕੇ ਪੁੱਛੋ, ਆਂਦੀ ਮੇਰੀ ਨਾ ਕਈ ਦੁਆ ਤਾਂ ਨਹੀਂ ਕੀਤੀ, ਘਰ ਚੋਂ ਨਿਕਲਣ ਲੱਗਿਆ। ਜਦੋਂ ਉਹਨਾਂ ਦੀ ਵਾਇਫ ਸਾਹਿਬਾ ਕੋਲੋਂ ਪੁੱਛਿਆ ਗਿਆ ਕਿ ਨਾ ਕੋਈ ਨਿਕਲਦੀ ਮੇਰੀ ਦੁਆ ਕੀਤੀ ਆਈ ਕਿ ਕੋਈ ਨਾ, ਆਖੇ ਹਾਂ ਹਾਂ ਮੈਨੂੰ ਵੀ ਨਾ ਰਲਾ ਕੇ ਚਬਾਇਆ ਨਾ, ਆਖਿਆ ਨਾ ਮੈਂ ਦੁਆ ਕਰੇਂਦਾ ਤੂੰ ਆਮੀਨ ਆਮੀਨ ਆਦੀ ਰਹਿ ਬੰਦੀ। ਅੱਲਾ ਦੇ ਪਾਕ ਪੈਗੰਬਰ ਜੀ ਪਹਿਲੀ ਇਹਨਾਂ ਦੀ ਦੁਆ ਆਈ, ਅੱਲਾ ਮੈਨੂੰ ਸ਼ਹਾਦਤ ਦੀ ਮੌਤ ਦਾ ਸ਼ਹਾਦਤ ਨੂੰ ਕਬੂਲ ਕਰੀ ਤਾਂ ਮੇਰੀ ਮਈਅਤ ਨੂੰ ਮੇਰੇ ਘਰ ਵਾਪਸ ਨਾ ਲੌਟਾਵਣ ਦੇਵੀ, ਉਠਾਈ ਮੇਰੀ ਕਬਰ ਉਹਦੇ ਮੈਦਾਨ ਦੇ ਵਿੱਚ ਬਣੇ ਤਾਂ ਕਿ ਮਾਸ਼ਰ ਦੇ ਮੈਦਾਨ 'ਚ ਕਬਰਾਂ ਖੁੱਲ੍ਹ ਮੇਰਾ ਹੋਰ ਚੱਲਦਾ ਪਿਓ ਤਾਂ ਮੇਰੀ ਜ਼ਬਾਨ ਤਾਂ ਮੇਰੀ ਜਾਨ ਗਵਾਹੀ ਦੇਵੇ। ਅੱਲਾ ਦੇ ਇਲਾਵਾ ਕੋਈ ਲਾ ਤੇ ਮੁਸ਼ਕਿਲ ਕੁਸ਼ਾ ਕੋਈ ਨੇ ਤੇ ਆਮਨ ਦੇ ਲਾਲ ਦੇ ਆਲਮੀ ਰਸੂਲ ਕੋਈ ਨੇ। ਅੱਲਾ ਦੇ ਨਬੀ ਫਰਮਾਇਆ, ਅੱਲਾ ਨੇ ਇਹਦੀਆਂ ਦੋਹੇ ਦੁਆਵਾਂ ਕਬੂਲ ਕੀਤੀਆਂ, ਸ਼ਹਾਦਤ ਵੀ ਦੇ ਦਿੱਤੀ ਤੇ ਇਹਦੀ ਕਬਰ ਵੀ ਹੁਣ ਉਹਦੇ ਦਾਮਨ ਵਿੱਚ ਬਣਾਈ ਜਾਏਗੀ। ਅੱਲਾ ਫਰਮਾਇਆ, ਜਿਸ ਨੂੰ ਨੂਰੇ ਈਮਾਨ ਕੁਰਾਨ ਚੋਂ ਮਿਲ ਗਿਆ ਫਿਰ ਉਹਦੀਆਂ ਦੁਆਵਾਂ ਜਿਹੜੀਆਂ ਮੰਗਦਾ ਪੈਂਦਾ ਹੈ ਮੈਂ ਅੱਲਾ ਕਬੂਲ ਕਰਦਾ। ਕੁਰਾਨ ਚੱਲਦਾ ਨਹੀਂ ਇਤਨੀ ਬਰਕਤ ਰੱਖੀਏ ਤਵਜੋ ਚਾਹਾਂਗਾ ਇੱਕ ਵਾਰੀ ਹੱਥ ਚਾਹ ਕੇ ਕੋ ਸੁਭਾਨ ਅੱਲਾ। ਅੱਲਾ ਤੁਹਾਨੂੰ ਸਾਰਿਆਂ ਨੂੰ ਮਾਸ਼ਰ ਦੀ ਗਰਮੀ ਕੋਲੋਂ ਬਚਾਏ, ਬੈਤੁੱਲਾ ਸ਼ਰੀਫ ਦਾ ਦੀਦਾਰ ਅਤਾ ਫਰਮਾਏ। ਇੱਕ ਸਾਹਬੀ ਨੇ ਹਜ਼ਰਤ ਹੁਸੈਨ ਰਜ਼ੀ ਅੱਲਾਹ ਤਾਲਾ ਇੱਕ ਅਜ਼ਮੇ ਤੋਂ ਵਾਪਸੀਆਂ ਦੇ ਪੈਰ ਰਾਤ ਦਾ ਵਕਤ ਦੇ ਖੈਮੇ ਦੇ ਅੰਦਰ ਹਜ਼ਰਤ ਹੁਸੈਨ ਨੇ ਤਿਲਾਵਤ ਦੇ ਕੁਰਾਨ ਸ਼ੁਰੂ ਕੀਤੀ। ਕੁਦਰਤ ਖੁਦਾਵੰਦੀ ਜਾਈ ਕਿ ਸਫ਼ਰ ਦੇ ਅੰਦਰ ਘੋੜਾ ਸਵਾਰੀ ਵਾਲਾ ਵੀ ਨਾਲ ਹੈ, ਇੱਕ ਬੱਚਾ ਵੀ ਇਹਨਾਂ ਦੇ ਨਾਲ ਹੈ, ਉਹ ਵੀ ਸੁੱਤਾ ਪਿਆ ਖੈਮੇ ਦੇ ਅੰਦਰ। ਹਜ਼ਰਤ ਹੁਸੈਨ ਤਿਲਾਵਤ ਕੁਰਾਨ ਕਰੇਦਾ ਬੈਠੇ, ਜਦੋਂ ਤਿਲਾਵਤ ਕਰੇਦਾ ਇਹਨ ਲੱਗਦਾ ਨੂਰ ਦੀਆਂ ਲਹਿਟਾਂ ਅਸਮਾਨਾਂ ਤੋਂ ਉਤਰਦੀਆਂ ਦੀਆਂ ਤੇ ਖੈਮੇ ਵਿੱਚ ਵੜਦੀਆਂ ਦੀਆਂ। ਹਜ਼ਰਤ ਹੁਸੈਨ ਦਾ ਮੈਂ ਹੈਰਾਨ ਹੋ ਗਿਆ, ਜਦੋਂ ਮੈਂ ਤਿਲਾਵਤ ਕੁਰਾਨ ਕਰੇਂਦਾ ਵੀ ਮੇਰਾ ਸਵਾਰੀ ਵਾਲਾ ਘੋੜਾ ਡਰਨਾ ਸ਼ੁਰੂ ਹੋ ਪੈਂਦਾ ਹੀ, ਜਦੋਂ ਮੈਂ ਚੁੱਪ ਬਵਾਂ ਤੇ ਉਹ ਵੀ ਖਲੋ ਪੈਂਦਾ ਹੀ ਆਪਣੀ ਜਾਂ ਦੇ ਉੱਤੇ। ਮੈਨੂੰ ਡਰ ਪੈ ਗਿਆ ਕਿ ਨਹੀਂ ਮੇਰੇ ਬੱਚੇ ਦੇ ਉੱਤੇ ਇਹਨਾਂ ਘੋੜਾ ਚੜ ਵੰਦੇ ਨੁਕਸਾਨ ਨਾ ਹੋਵੇ, ਮੈਂ ਪੈਰ ਨਿਕਲਿਆ। ਅੱਲਾ ਦੇ ਪਾਕ ਪੈਗੰਬਰ ਜੀ ਮੈਂ ਇੱਕ ਨੂਰ ਵੇਖਿਆ, ਨੂਰ ਦੀਆਂ ਲਹਿਟਾਂ ਦੀਆਂ ਲਹਿਟਾਂ ਜਾਂਦੀਆਂ ਪਈਆਂ ਨਾ ਸਮਾਨਾਂ ਲੈ ਬਣੇ। ਮੈਂ ਹੈਰਾਨੀ ਹੋ ਗਿਆ ਕਿ ਮਾਜਰਾ ਇਹ ਮੈਨੂੰ ਤਾਂ ਸਮਝ ਨਹੀਂ ਲੱਗੀ। ਮੈਂ ਆਖਿਆ ਸਵੇਰੇ ਅੱਲਾ ਦੇ ਨਬੀ ਦੀ ਮਹਿਫਲ ਆਲੀਆ ਵਿੱਚ ਵੰਜ ਕੇ ਗੁਜ਼ਾਰਿਸ਼ ਕਰੇ ਸਾਹਿਬ। ਆਪ ਨੇ ਫਰਮਾਇਆ, ਉਹ ਸੈਦਾ ਜਿੱਥੇ ਅੱਲਾ ਦਾ ਕੁਰਾਨ ਪੜ੍ਹੀਂਦਾ ਪਿਆ ਹੋਵੇ ਉੱਥੇ ਅੱਲਾ ਦੀ ਰਹਿਮਤ ਰਹਿਮ ਛਿਮ ਕਰੇ, ਤੇ ਜਦੋਂ ਤੂੰ ਕੁਰਾਨ ਪੜ੍ਹਦਾ ਬੈਠਾ ਮੈਂ ਪੜ੍ਹਦਾ ਤਦੋਂ ਖੈਮੇ ਚ ਕੱਲਾ ਬੈਠਾ ਮੈਂ, ਲੇਕਿਨ
लेकिन एडे सोग दे तड़प नाल पड़दा बैठा है। अल्लाह दे फरिश्तियां दे दिल छल्ला दे पाई ओह भी आ गए तेरा कुरान सुनन वास्ते। ओह जड़िया नूर दियां लाइटां तेनू नजर पईआं दियां अंदर हकीकत ओह फरिश्तियां दी जमात आई आ जिहड़ा तेरा कुरान सुनन वास्ते आया। ओह सैदा अगर तू सारी रात कुरान दी तिलावत जारी रखिया तेरे बाकी साथी भी अपनी अखां नाल फरिश्तियां दा उतरदा वे अपनी सच्ची किताब फरमा परेशानियां दो हल अल्लाह ने कुरान दसें पहला दसें बैठा कुरान पढ़िया कर घर के अंदर भी दुकान के अंदर भी बेहतर अमले तरजमे का कुरान रख एक शैतान पता ना लगे कुरान का के बदल है माशर का मैदान जो आई उस टाइम दुनिया कम दी खलोती होनी सूरज इंतहाई करीब होना जमीन अजी को भरी बनी हुई होनी वजूद के कपड़े नहीं आने पैर तले जुती नहीं आनी सिर से टोपी ते पगड़ी नहीं आनी उस टाइम हर बंदा रोंदा खलोता होना है हाय मेरे नाल के बनना है मेरे नाल के बनना है। अल्लाह दा कुरान फरमाता है उस मुश्किल घड़िया के अंदर बड़ी बड़ी दुनिया कमदी खलोती हो सी वाला कद जे तो इजाजत है
जन्नत वारिस बन बन्या दस गुनाहगार गुना की शफात करे सी हाफिज कुरान लेकिन मसला सेहत चरखी शिरक वाले बने दे बारे बशारत कोई नहीं मोमिनीन मुखलिसीन वास्ते या जिदा अकीदा कुरान दे मुताबिक होना है उसको जन्नत मिलनी है ओदे बचना शफात करनी है वालदैन की बजाय नाल दस गुनाहगार भी जन्नत मिल वजनी है हूँ हाफिज कुरान आखना है करिए कुरान आखना है अल्लाह मेरे वालदैन भी जन्नत च पहुंच गए दस गुनाहगार जेड़े हन मैं मेरे बिरादरी दे मेरे नाल तावन करन वाले वह भी जन्नत में पहुंच गए मौला मेरा के बड़ाई अल्लाह फरमाए संतु कुरान पढ़ता जा जन्नत दियां सीढ़ियां चढ़दा जिथे जाके बन्नाश करे से उठाई मैं अल्लाह तेरा महल बना दे सा ओड़े पढ़दा वैसी जिथे बन के बन्नाश करे सी तो हदे निकाल लाए दा महल बना दे सी समझा दी उदलो मा हो ही गई कमिनल किताब ये पहला नंबर इन्हें परेशानियां नूं टालण वाला अल्लाह दा कुरान ने जिहड़ा इहदे नाल जुड़ गया उहदी छड़ा दुनिया नहीं बणदी उहदी आखरत ही बणदी उसनों छड़ा फायदा दुनिया ते नहीं आता उसनों आखरत दे अंदर भी बहुत वड्डा फायदा होना है ने लेकिन जे कुरान चुपे महशर दे मैदान हो इसे कुरान अल्लाह सबान देनी है ये अपने जान वाले दी शफात करेंदा वैसी अल्लाह दी शफात नूं कबूल करके जन्नत दा वारिस बणदे ਤੇ ਪਹਿਲਾ ਨੰਬਰ ਇਹਦੇ ਕਾਮਯਾਬੀ ਦਾ ਤੇ ਪਰੇਸ਼ਾਨੀਆਂ ਤੋਂ ਬਚਣ ਦਾ ਉਹ ਕਿਹੜਾ ਹੈ ਰਜ ਰਜ ਕੇ ਅੱਲਾ ਦਾ ਕੁਰਾਨ ਪੜਿਆ ਕਰ ਪੜੋ ਨਾ ਇਨਸ਼ਾਅੱਲਾ ਅੱਲਾਹੁ ਅਕਬਰ ਇਹ ਮੇਰੀ ਬਾਤਾਂ ਨੂੰ ਸੁਭਾਨ ਅੱਲਾ ਜਿਹੜਾ ਬੰਦਾ ਖੁਦ ਹਾਫਿਜ਼ ਕਾਰੀ ਨਹੀਂ ਨਾ ਜਿਹੜੇ ਦੀ ਨਹੀਂ ਪੜਿਆ ਉਸ ਨੂੰ ਚਾਹੀਦਾ ਹੈ ਉਮਰ ਦਾ ਜਿਹੜਾ ਇਸ ਵੀ ਇਹ ਕੁਰਾਨ ਪੜਿਆ ਕਰੇ ਕੁਰਾਨ ਅੱਜ ਤੋਂ ਅਜ਼ਮ ਕਰੇ ਜੋ ਮੈਂ ਕੁਰਾਨ ਪੜਨਾ ਹੈ ਕੋਈ ਹਰਜ ਨਹੀਂ ਬੇਸ਼ੱਕ ਆਪਣੀ ਘਰ ਵਾਲੀ ਕੋਲੋਂ ਪੜ੍ਹੇ ਬਸ਼ਰਤੇ ਕਿ ਉਹ ਪੜ੍ਹੀ ਹੋਈ ਹੋਵੇ ਇਹਦੇ ਵਿੱਚ ਕੋਈ ਐਬ ਵਾਲੀ ਗੱਲ ਨਹੀਂ ਕਈ ਐਸੇ ਲੋਕ ਹੈ ਜਿਹਨਾਂ ਆਪਣੀ ਬੀਵੀ ਕੋਲੋਂ ਕੁਰਾਨ ਪੜ੍ਹਿਆ ਅਗਰ ਨਹੀਂ ਤਾਂ ਮੌਜੂਦ ਇਦਾਰੇ ਵਿੱਚ ਕਾਰੀ ਸਾਹਿਬ ਬਾਕੀ ਬਕਾਇਦਾ ਤੌਰ ਤੇ ਪੜ੍ਹ ਸਕਦਾ ਹੈ ਔਰ ਜਿਸ ਜਾਂਦੇ ਵੀ ਉਸਨੂੰ ਆਸਾਨੀ ਹੋਵੇ ਕੁਰਾਨ ਪੜ੍ਹਿਆ ਕਰੇ ਇਹਦੇ ਵੱਲ ਫਾਇਦਾ ਸੁਣੀ ਜ਼ਰਾ ਜਿਹੜਾ ਬੰਦਾ ਜ਼ਿੰਦਗੀ ਵਿੱਚ ਤਾਲੇ ਬਿਲਮ ਬਣ ਕੇ ਰਹਿੰਦਾ ਹੈ ਕੁਰਾਨ ਪੜ੍ਹਦਾ ਰਹਿੰਦਾ ਹੈ ਸਿੱਖਦਾ ਰਹਿੰਦਾ ਹੈ ਸਿੱਖਦਾ ਰਹਿੰਦਾ ਹੈ ਪੜ੍ਹਦਾ ਰਹਿੰਦਾ ਹੈ ਅਗਰ ਇਸ ਹਾਲ 'ਚ ਮਰ ਗਿਆ ਤਾਂ ਮਾਸ਼ਰ ਨੂੰ ਅੱਲਾ ਸ਼ਹੀਦਾਂ ਦੀ ਸਾਫ਼ 'ਚ ਖੜਾ ਕਰੇ ਇਹ ਥੋੜ੍ਹੀ ਜਿਹੀ ਬਸ਼ਾਰਤ ਨਹੀਂ ਬਹੁਤ ਵੱਡੀ ਬਸ਼ਾਰਤ ਹੈਗਾ ਤਾਂ ਕੁਰਾਨ ਵਾਹਿਦ ਕਿਤਾਬ ਹੈ ਜਿਹਦਾ ਇੱਕ ਹਰਫ ਪੜ੍ਹਨ ਨਾਲ ਦੱਸ ਦੇ ਕਿ ਅੱਲਾਹ ਦਾ ਕਹਿੰਦੇ ਅਲਿਫ ਲਾਮ ਮੀਮ ਇਹਦਾ ਮਾਨਾ ਮਫਹੂਮ ਅੱਲਾਹ ਜਾਣਦਾ ਹੈ ਲੇਕਿਨ ਅੱਲਾਹ ਦੇ ਨਬੀ ਫਰਮਾਇਆ ਜਿਸ ਨੇ ਇੱਕ ਵਾਰੀ ਇਹ ਪੜ੍ਹਿਆ ਅੱਲਾਹ ਉਸ ਨੂੰ 30 ਨੇਕੀਆਂ ਅਦਾ ਕਰ ਦਿੱਤੀਆਂ ਕਿਤਰੀਆਂ ਨੇਕੀਆਂ ਚਲੋ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਕੁਝ ਇਹਦੇ ਵੀ ਹੁੰਦੇ ਨੇ ਜਿਹਨਾਂ ਨੂੰ ਸਿਵਾ ਅੱਲਾਹ ਤਾਲਾ ਤੋਂ ਲੈ ਕੇ ਵਰਨਾ ਸਕਦਾ ਸੂਰ ਦਾ ਬਹੁਤ ਮੁਸ਼ਕਿਲ ਯਾਦ ਆਉਂਦੀਆਂ ਨਹੀਂ ਤਾਂ ਕੁਝ ਇਹਦੇ ਵੀ ਹੁੰਦੇ ਨੇ ਜਿਹਨਾਂ ਨੂੰ ਇੱਕ ਦੁੱਖ ਜ਼ਰੂਰਤ ਯਾਦ ਆਉਂਦੀ ਤੇ ਭਾਜੇ ਬੰਦੇ ਮੁੜਾ ਦਿਨ ਚਲੋ ਉਸਤਾਦ ਜੀ ਸਾਨੂੰ ਤੁਹਾਡੇ ਉੱਤੇ ਹੀ ਯਕੀਨ ਹੈ ਤੁਸੀਂ ਜੋ ਪੜ੍ਹੀ ਰੱਖੋ ਅਸੀਂ ਤੁਹਾਡੇ ਮਗਰ ਆ ਇੱਕ ਮਸਲਾ ਜ਼ਿਹਨ ਵਿੱਚ ਪਾਇਆ ਕਰੋ ਸਵੇਰੇ ਨਮਾਜ਼ ਤੋਂ ਬਾਅਦ ਤਿੰਨ ਤਰੇ ਦਫ਼ਾ ਕੁਲ ਹੋ ਅੱਲਾਹੁ ਅਹਦ ਪੜ੍ਹ ਲਈ ਕਰੋ ਸੂਰਤ ਇਖਲਾਸ ਨੂੰ ਤਿੰਨ ਦਫ਼ਾ ਸੁਬਹ ਪੜ੍ਹਿਆ ਤਿੰਨ ਦਫ਼ਾ ਸ਼ਾਮੀ ਪੜ੍ਹ ਲਿਆ ਅੱਲਾਹ ਦੇ ਨਬੀ ਦੀ ਤਰਫੋਂ ਬਸ਼ਾਰਾ ਦੇ ਕੇ ਜਿਹੜਾ ਇਹਦੇ ਨਾਲ ਮੁਹੱਬਤ ਕਰਦਾ ਹੈ ਅਰਸ਼ ਵਾਲਾ ਆਪ ਉਸ ਨਾਲ ਮੁਹੱਬਤ ਕਰਦਾ ਹੈ ਜਿਹੜਾ ਤਿੰਨ ਦਫ਼ਾ ਪੜ੍ਹ ਲੈਂਦਾ ਹੈ ਅਗਰ ਦਿਨੇ ਉਸਨੂੰ ਮੌਕਾ ਨਾ ਮਿਲਿਆ ਜਾਂ ਉਸ ਜ਼ਿਆਦਾ ਲੰਬਾ ਚੌੜਾ ਪੜ੍ਹੇ ਹੋਇਆ ਨਹੀਂ ਉਹਦੇ ਆਮਾਲ ਨਾਮੇ ਦੇ ਅੰਦਰ ਪੂਰੇ ਕੁਰਾਨ ਦੀ ਤਿਲਾਵਤ ਦਾ ਅੱਲਾਹ ਸਵਾਬ ਲਿਖਵਾ ਦੇ ਅਗਰ ਮੁਸ਼ਕਿਲ ਵਕਤ ਆ ਵਜੇ ਬੰਦੇ ਉੱਤੇ ਇੱਕਦਮ ਮੁਸ਼ਕਿਲ ਵਕਤ ਹੈ ਉਹ ਬਾ ਦਵਾ ਨਜ਼ਰ ਨਹੀਂ ਪਈ ਆਉਂਦੀ ਤਵਜੋ ਹੈ ਦਸਾਂ ਵਜੇ ਫਾਂਗਲਾ ਵੀ ਹੈ ਸੁਭਾਨ ਅੱਲਾਹ ਕਰੇ ਤੇ ਰੋਕੇ ਨਹੀਂ ਸੁਭਾਨ ਅੱਲਾਹ ਉਹ ਕਬੂ ਫਤਖੋਰੀ ਕੋ ਭਾਈ ਇੱਕ ਵਾਰ ਮੇਰੇ ਕੋ ਸੁਭਾਨ ਅੱਲਾਹ ਜਿਸ ਟਾਈਮ ਤੂੰ ਸਮਝੀ ਖਲੋਤਾ ਹੋਵੇ ਨਾ ਯਾਰ ਬਿਲਕੁਲ ਦਰਵਾਜ਼ੇ ਬੰਦ ਨੇ ਕਾ ਸ਼ੈਤਾਨ ਨਹੀਂ ਪਿਆਉਂਦੀ ਆਉਜ਼ ਬਿੱਲਾ ਬਿਸਮਿਲਲਾ ਪੜ ਕੇ ਕੁਲ ਹੋ ਅੱਲਾਹ ਨੂੰ ਤਵੱਜੋ ਨਾਲ ਪੜਨਾ ਸ਼ੁਰੂ ਕਰ ਦੇ ਤੇ ਕਰ ਮੁੜ ਕੂਵੇ ਖੁੱਲ ਦੇਵੇਗੀ ਇਹਦੇ ਵਿੱਚ ਅੱਲਾਹ ਨੇ ਸਾਰੀ ਆਪਣੀ ਪਹਿਚਾਣ ਕਰਾਈ ਹੈ ਤਾਂ ਇਸ ਟਾਈਮ ਔਖੇ ਵੇਲੇ ਬੰਦਾ ਦਾ ਅੱਲਾਹ ਸਾਡਾ ਤੇਰੇ ਬਗੈਰ ਮੇਰਾ ਇੱਕ
ਕੋਈ ਨਾ, ਮੈਂ ਜਾਣਦਾ ਹੀ ਕੋਈ ਨਾ। ਅੱਲਾ ਫਰਮਾਉਂਦਾ ਜੇ ਤੂੰ ਗੱਲਾਂ ਮੇਰੇ ਨਾਲ ਕਰਦਾ ਖਲੋ ਤਾਲਾ ਅੱਲਾ, ਭਾਵੇਂ ਚਾਈਨਾ ਦਾ ਜਾਂ ਜਾਪਾਨ ਦਾ ਜਾਂ ਪਾਕਿਸਤਾਨ ਦਾ, ਮੇਰੇ ਕੋਲ ਹਰ ਤਾਲੇ ਦੀ ਚਾਬੀ ਮੌਜੂਦ ਹੈ। ਤੇਰੀਆਂ ਗੱਲਾਂ ਮੇਰੇ ਨਾਲ, ਮੇਰੀਆਂ ਅਗਲਿਆਂ ਨਾਲ, ਤੂੰ ਮੇਰੇ ਨਾਲ ਗੱਲ ਕੀਤੀ, ਅਸੀਂ ਸੱਜਣਾ ਦੀ ਕੰਢ ਸਜਾਣ ਕੇ ਤੇਰੀਆਂ ਮੁਸ਼ਕਿਲਾਂ ਨੂੰ ਆਪ ਹੱਲ ਫਰਮਾਉਂਦੇ ਸਨ। ਸਬਾ ਕਰਨ ਤੇ 40 ਸਾਲ ਲਾ ਦਿੰਦਾ,
ਤੇਰੀ ਉਮਤ ਇੱਕ ਦਿਨ ਵਿੱਚ 50 ਨਮਾਜ਼ਾਂ ਕਿਵੇਂ ਪੜ੍ਹ ਸਕਦੀ ਏ? ਕੰਮ ਕਰਾ ਲੈ ਮੇਰਾ ਤੇਰਾ ਨਬੀ ਫਿਰ ਤਸ਼ਰੀਫ ਲੈ ਗਿਆ। ਅੱਲਾ ਕਿਹਾ 5 ਮਾਫ ਉਹ ਮੁੜ ਗਏ, ਅੱਲਾ ਕਿਹਾ 5 ਮਾਫ ਉਹ ਵੱਧ ਗਏ, ਅੱਲਾ ਕਿਹਾ 5 ਮਾਫ 9 ਚੱਕਰ ਫਿਰੇ ਮੇਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਲਾਇਆ। ਮੇਰਾ ਈਮਾਨ ਏ ਮੇਰੇ ਪੈਗੰਬਰ ਵਾਸਤੇ ਵੀ ਕੋਈ ਮੁਸ਼ਕਿਲ ਨਹੀਂ, ਨਬੀ ਦੇ ਸਾਹਬਾ ਦੇ ਅਹਲੇ ਬੈਤ ਵਾਸਤੇ ਵੀ ਕੋਈ ਮੁਸ਼ਕਿਲ ਨਹੀਂ। ਤੇਰੇ ਮੇਰੇ ਜੈਸੇ ਗੁਨਾਹਗਾਰਾਂ ਵਾਸਤੇ ਅੱਲਾ ਦੇ ਨਬੀ ਨੇ 9 ਚੱਕਰ ਲਾਏ। ਆਖਰ ਤੇ ਹਜ਼ਰਤ ਮੂਸਾ ਕਲੀਮੁੱਲਾ ਫਰਮਾਇਆ, ਸੋਹਣਿਆ ਇੱਕ ਚੱਕਰ ਹੋਰ ਲਾ। ਅੱਜ ਕੁਝ ਲੋਕ ਆ ਜਣ ਯਾਰ ਉਹ ਸੋਹਣੇ ਮਦੀਨੇ ਵਾਲਿਆ, ਉਹ ਸੋਹਣੀਆਂ ਜ਼ੁਲਫਾਂ ਵਾਲਿਆ, ਉਹ ਸੋਹਣੀ ਪਹਿਚਾਨੀ ਵਾਲਿਆ, ਉਹ ਸੋਹਣੀ ਸੂਰਤ ਵਾਲਿਆ, ਉਹ ਸੋਹਣੀ ਸੀਰਤ ਵਾਲਿਆ, ਉਹ ਸੋਹਣੇ ਕੁਰਾਨ ਵਾਲਿਆ, ਉਹ ਸੋਹਣੇ ਬਿਆਨ ਵਾਲਿਆ, ਇੱਕ ਚੱਕਰ ਹੋਰ ਚਲਾਵਿਆ। ਅਸੀਂ ਬਖਸ਼ੇ ਬਖਸ਼ਾਈ ਹੋ ਵੀ ਆਏ, ਬੋਲ ਵੀ ਜਾਣਦੇ ਮਸੀਤਾਂ ਜਾਣਦੇ ਆ, ਅਸੀਂ ਭਰਿਆ ਤਬਾਸ਼ ਹੋ ਜੇ ਜੀਟੀ ਰੋਡ ਦੀ ਤਰ੍ਹਾਂ ਸਿੱਧੇ ਲਗੇ ਵੰਦੀ ਆ। ਅੱਲਾ ਦੇ ਨਬੀ ਫਰਮਾਇਆ ਨਹੀਂ ਨਹੀਂ ਮੂਸਾ ਕਲੀਮੁੱਲਾ ਜੀ, 5-5 ਮਾਂ ਪਿਆਉਂਦੀਆਂ ਮੇਰੀ ਉਮਤ ਮਹਰੂਮ ਨਾ ਹੋ ਜਾਏ ਤੋਹਫੇ ਕੋਲੋਂ। ਅੱਲਾ ਨੇ ਫਰਮਾਇਆ ਮੇਰਾ ਨਬੀ ਗੱਲ ਸਾਡੀ ਤਰਫੋਂ ਬਦਲੀ ਨਹੀਂ। ਮੌਲਾ 5 ਰਹਿ ਗਈਆਂ ਬਦਲ ਤਾਂ ਗਈ ਏ, ਜਾਣੇ ਆਪਣੀ ਉਮਤ ਨੂੰ ਫਰਮਾ ਦੇਵਿਆ ਹੈ ਇਹ 5 ਜਮਾਤ ਨਾਲ ਪੜਸਾਂ, ਇਹ ਤਮਾਮ ਨਾਲ ਪੜਸਾਂ, ਖੁਸ਼ੂਖਦੂ ਨਾਲ ਪੜਸਾਂ। ਮੈਂ ਅੱਲਾ ਦਾ ਵਾਦਾ ਹੋ ਗਿਆ, ਮੈਂ ਸਵਾਬ ਇਹਨਾਂ ਨੂੰ ਮੁੜ ਵੀ ਪਜਾ ਦਾਤਾ। ਇਹ ਐਸਾ ਤੋਹਫਾ ਹੈ ਦੇ ਪੜੋਗੇ ਇਨਸ਼ਾਅੱਲਾ। ਜਿਹੜਾ ਬੰਦਾ ਨਮਾਜ਼ ਨਹੀਂ ਪੜ੍ਹਦਾ ਤੇ ਜਾਣ ਬੁੱਝ ਕੇ ਨਹੀਂ ਪੜ੍ਹਦਾ, ਜੰਗਲ ਦਾ ਖਿੰਜ਼ੀਰ ਵੀ ਉਹਦੇ ਕੋਲੋਂ ਪਨਾਹ ਮੰਗਦਾ ਹੀ ਨਹੀਂ। ਅਗਰ ਉਹ ਘਰ ਵਿੱਚ ਹੋਵੇ ਤਾਂ ਰਹਿਮਤ ਨਿਆਣੀਆਂ, ਬੇਨਮਾਜ਼ੀ ਬੰਦੇ ਦੀ ਵਜ੍ਹਾ ਤੋਂ ਰਹਿਮਤ ਰੁਕ ਜਾਂਦੀ ਆਉਂਦੀ ਆ। ਤੇ ਘਰ ਜਿਹੜਾ ਵੀ ਸੋਹਣਾ ਕਿਉਂ ਨਾ ਹੋਵੇ, ਅੱਲਾ ਦੇ ਪਾਕ ਪੈਗੰਬਰ ਫਰਮਾਇਆ ਹੈ ਉਹ ਘਰ ਘਰ ਨਹੀਂ ਉਹ ਕਬਰਿਸਤਾਨ ਨੇ ਜਿਹਦੇ ਵਿੱਚ ਰਮਣ ਵਾਲੇ ਲੋਕ ਨਮਾਜ਼ ਨਾ ਪੜ੍ਹਦੇ ਆਉਣ। ਘਰ ਭਾਵੇਂ ਕੱਚੀ ਜਿਹੀ ਝੋਪੜੀ ਕਿਉਂ ਨਾ ਹੋਏ, ਅਗਰ ਰਮਣ ਵਾਲੀਆਂ ਮਾਵਾਂ ਭੈਣਾਂ ਉੱਥੇ ਅੱਲਾ ਦਾ ਕੁਰਾਨ ਵੀ ਪੜ੍ਹਦੀਆਂ, ਨਮਾਜ਼ ਵੀ ਪੜ੍ਹਦੀਆਂ, ਤੇ ਅੱਲਾ ਉਸ ਘਰ ਨੂੰ ਜੰਨਤ ਦਾ ਬਾਗ ਬਣਾ ਦੇ। ਇਹ ਨਮਾਜ਼ੀ ਹੈ ਜਿਹਦੇ ਅੰਦਰ ਅੱਲਾ ਨੇ ਕਿਬਲਾ ਤਬਦੀਲ ਫਰਮਾਇਆ ਹੈ। ਸੁਭਾਨ ਅੱਲਾ ਹੈ ਨਮਾਜ਼ ਦੇ ਬਰਕਾਤ ਵੀ, ਇੱਕ ਵਾਰੀ ਆਖੋ ਨਾ ਸੁਭਾਨ ਅੱਲਾ। ਅੱਲਾ ਦਾ ਪਾਕ ਪੈਗੰਬਰ ਜਮਾਤ ਕਰਾਈ ਖਲੋਤਾ ਬੈਤੁਲ ਮੁਕੱਦਸ ਅਲ ਬਣੇ ਮੂੰਹ ਕਰਕੇ 2 ਰਕਾਤਾਂ ਪੜ੍ਹ ਲਈਆਂ ਮੇਰੇ ਪੈਗੰਬਰ ਦੇ ਸ਼ੇਰ ਮੁਬਾਰਕ ਚਾਹੁੰਦਾ ਅੱਲਾ ਕਦੀ ਮੈਨੂੰ ਉਹਵਾ ਕਿਬਲਾ ਮਿਲ ਵੰਜਿਆ। ਬਾਬਾ ਇਬਰਾਹੀਮ ਵਾਲਾ ਤੇ ਕਿਹੜੀ ਚਾ ਸਾਹਮਣੀ ਆਈ, ਇਹ ਨਮਾਜ਼ ਦੇ ਅੰਦਰ ਹੀ ਹੁਕਮ ਆ ਗਿਆ ਤੇ ਅੱਲਾ ਕਰੀਮ ਨੇ ਕੁਰਾਨ ਦਾ ਹਿੱਸਾ ਚ ਬਣਾਇਆ ਹੈ। ਅੱਲਾ ਫਰਮਾਇਦਾ ਮਾਦਾ ਨਰਾ ਤਕੱਲੁ ਬਾਬਾ ਜਹੇ ਕਾ ਫਿਸਮਾ ਫਲਨੁ ਬੱਲੇ ਜਿਹੜੇ ਬਣੇ ਤੁਸੀਂ ਚਾਹੁੰਦੇ ਹੋਵੇ, ਅਸੀਂ ਇਹ ਨਮਾਜ਼ ਦੇ ਅੰਦਰ ਹੀ ਅਸੀਂ ਤੁਹਾਡਾ ਕਿਬਲਾ ਤਬਦੀਲ ਫਰਮਾ। ਅੱਜ ਵੀ ਉਹ ਮਸਜਿਦ ਮੌਜੂਦ ਹੈ, ਸੋ ਕਿਬਲਤ ਹੈ, ਦੋ ਉਹਦੇ ਵਿੱਚ ਮੇਰਾ ਮਹਿਲ। ਉਹਦੀ ਸਾਦਾ ਮਿਸਾਲ ਇਹਦੇ ਮਸਲਨ ਸਾਹਮਣੇ ਰੁਖ ਆਇਆ ਕਦਾ, ਇਹ ਨਮਾਜ਼ ਦੇ ਅੰਦਰ ਜਦੋਂ ਹੁਕਮ ਆਇਆ ਅੱਲਾ ਦਾ ਨਬੀ ਚਲਦਾ ਚਲਦਾ ਇਹਨਾਂ ਹੀ ਤਸ਼ਰੀਫ ਲੈ ਆਇਆ, ਸਾਹਬਾ ਰੁਖ ਨਾਲ ਨਾਲ ਫਿਰੇ ਤੇ ਆਏ। ਜਦੋਂ ਨਮਾਜ਼ ਹੋ ਗਈ ਮੇਰੇ ਨਬੀ ਨੇ ਪੁੱਛਿਆ, ਤੁਸੀਂ ਸਵਾਲ ਨਹੀਂ ਕੀਤਾ ਕਿ ਮੈਂ ਕਿਉਂ ਇਹਦੇ ਰੁਖ ਕਰ ਲਿਆ, ਤੁਸੀਂ ਚੁੱਪ ਕਰਕੇ ਬੈਠੇ ਹੋਏ। ਅੱਲਾ ਦੇ ਨਬੀ ਦੇ ਸਾਹਬਾ ਕਿਹਾ, ਯਾ ਰਸੂਲ ਅੱਲਾ ਅਸੀਂ ਤਾਂ ਜਨਾਬ ਦੇ ਮਗਰਾਂ,
ਸਾਨੂੰ ਉਹਦੇ ਕਿਤੇ ਨਾਲ ਕੋਈ ਸਰੋਕਾਰ ਨਹੀਂ। ਤੁਹਾਡਾ ਚਿਹਰਾ ਉਸ ਬਣਿਆ ਏ, ਅਸੀਂ ਤਾਂ ਵੀ ਤੁਹਾਡੇ ਮਗਰ ਆਸੇ। ਤੁਸੀਂ ਚਿਹਰਾ ਬੈਤੁੱਲਾ ਲੈ ਬਣੇ ਕਰ ਲਿਆ ਏ, ਅਸੀਂ ਤਾਂ ਵੀ ਤੁਹਾਡੇ ਮਗਰ ਆਏ। ਕੁਝ ਯਹੂਦੀਆਂ ਨੇ ਸ਼ਰਾਬ ਚੱਕੀ ਦੀ। ਅੱਛਾ ਇਹ ਦੱਸੋ, ਜਿਹੜੇ ਮੋਮਿਨ ਪਹਿਲੇ ਫੌਤ ਹੋ ਗਏ ਬੈਤੁੱਲਾ ਦੇ ਤਬਦੀਲੀ ਤੋਂ ਪਹਿਲੇ, ਉਹਨਾਂ ਦੀਆਂ ਨਮਾਜ਼ਾਂ ਹੋਈਆਂ ਕਿ ਕੋਈ ਨਾ? ਅੱਲਾਹ ਫਰਮਾਇਆ ਲਿਲਲਾਹ ਅਲ-ਮਸ਼ਰਿਕੁ ਵਲ-ਮਗ੍ਰਿਬੁ ਫਇਨਮਾ ਤੁਵੱਲੂ ਫਸਮਾ ਵਜਹੁਲਲਾਹ। ਮਸ਼ਰਕ ਹੋਵੇ ਜਾਂ ਮਗਰਬ ਹੋਵੇ, ਹਰ ਸਿਮਤ ਤੇ ਮਹਿਲਾ ਦੀ ਰਹਿਮਤ ਮੌਜੂਦ ਹੈ। ਜਿੰਨਾ ਉਹਦੇ ਮੂੰਹ ਕਰਕੇ ਨਮਾਜ਼ਾਂ ਪੜੀਆਂ ਬੈਤੁਲ ਮੁਕੱਦਸ ਵਾਲੇ ਬਣੇ, ਉਹਨਾਂ ਦੀ ਵੀ ਕਬੂਲ ਹੋ ਗਈਆਂ। ਤਾਂ ਜਿਹੜੇ ਹੁਣ ਤੁਹਾਡੇ ਮਗਰ ਬੈਤੁਲ ਵਾਲੇ ਬਣੇ ਮੂੰਹ ਕਰਕੇ ਪੜਦੇ ਖਲੇ, ਮੈਂ ਅੱਲਾਹ ਵਾਦਾ ਪਿਆ ਕਰਦਾ ਇਹ ਬੈਤੁੱਲਾ ਵਿੱਚ ਇੱਕ ਨਮਾਜ਼ ਪੜ ਸਨ ਤੇ ਮੈਂ 27 ਲੱਖ ਨਮਾਜ਼ਾਂ ਦਸਵਾ। ਅੱਲਾ ਦੇ ਪਾਕ ਪੈਗੰਬਰ ਸਮਝਿਆ ਕਰ, ਪੜਿਆ ਕਰ ਤੇ ਦੂਜਾ ਨਮਾਜ਼ ਦੀ ਪਾਬੰਦੀ ਕੀਤੀ ਕਰ। ਇਹਨਾਂ ਦੋਹਾਂ ਸ਼ਈਆਂ ਵਿੱਚ ਅੱਲਾ ਬਰਕਤ ਰੱਖੀ ਗਈ, ਸਾਰੀ ਦੁੱਖ ਟਲ ਗਏ ਸਨ ਤੇ ਅੱਲਾ ਦੀ ਰਹਿਮਤ ਅਤੇ ਬਰਕਤਾਂ ਦੇ ਦਰਵਾਜ਼ੇ ਖੁੱਲ ਜਾ ਸਨ। ਤੇ ਜਿਹੜਾ ਬੰਦਾ ਨਮਾਜ਼ ਨਹੀਂ ਪੜਦਾ ਉਹ ਅੱਜ ਤੋਂ ਆਪਣਾ ਅਜ਼ਮ ਕਰੇ, ਮਰਦਾ ਮਰ ਜਾਵੇ ਲੇਕਿਨ ਨਮਾਜ਼ ਨੂੰ ਛੋੜੇ। ਬੋਲੋ ਸਾਰੇ, ਨਮਾਜ਼ ਨੂੰ ਛੋੜੇ ਨਹੀਂ। ਮਸਜਿਦ ਕਰੀਬੇ ਤੇ ਬਾ ਜਮਾਤ ਅਦਾ ਕਰ। ਅਗਰ ਘਰ ਚ ਦੁਕਾਨ ਤੇ ਡੇਰੇ ਤੇ ਜਿਹੜੀ ਜਾ ਤੇ ਮੌਕਾ ਮਿਲ ਗਿਆ ਆਪਣਾ ਮਸੱਲਾ ਵਿਛਾ ਤੇ ਸੱਜਣ ਨੂੰ ਰਾਜ਼ੀ ਕਰ। ਹਾਜ਼ਰੀ ਲੱਗਦੀ ਰਹਿਣੀ ਚਾਹੀਦੀ ਏ, ਨੀਅਤ ਤੇਰੀ ਅੱਛੀ ਹੋਈ ਤੇ ਅੱਲਾ ਤੈਨੂੰ 5 ਨਮਾਜ਼ਾਂ ਦੇ ਬਦਲੇ 50 ਨਮਾਜ਼ਾਂ ਦਾ ਸਵਾਬ ਅਦਾ ਕਰ। ਅੱਲਾਹ ਅਕਬਰ। ਅੱਲਾ ਦੇ ਪਾਕ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ, ਇੱਕ ਵਾਰੀ ਮਿਲ ਕੇ ਸੁਣਾਓ। ਸੱਲੱਲਾਹੁ, ਇੱਕ ਨੌਜਵਾਨ ਆਇਆ ਹੈ ਮੇਰੇ ਪਾਕ ਪੈਗੰਬਰ ਦੀ ਮਹਿਫਲ ਆਲੀਆ ਦੇ ਅੰਦਰ, ਆਦਾ ਯਾ ਰਸੂਲੱਲਾਹ ਸੱਲੱਲਾਹੁ ਅਲੈਹਿ ਵਸੱਲਮ ਜੀ, ਮੈਂ ਸਫ਼ਰ ਵਦਾ ਕਰੇ ਨਾ ਹੋਈ, ਇੱਕ ਕਾਫਲੇ ਦੇ ਨਾਲੋਂ ਮੇਰੀ ਸਵਾਰੀ ਦਾ ਰੁਖ ਫਿਰਿਆ ਹੈ। ਇੰਜੇ ਚਲਦਿਆਂ ਚਲਦਿਆਂ ਮੇਰੀ ਸਵਾਰੀ ਜੰਗਲ ਦੇ ਵਿੱਚ ਆ ਗਈ ਏ। ਐਨ ਜੰਗਲ ਦੇ ਦਰਮਿਆਨ ਜਦੋਂ ਪਹੁੰਚਿਆ ਏ, ਸਾਹਮਣੇ ਇੱਕ ਬੰਦਾ ਨਜ਼ਰ ਆਇਆ ਤਲਵਾਰ ਚਾਈ ਵਦਾ। ਉਸ ਆਖਿਆ ਜਲਦੀ ਕਰ, ਇਹ ਮੇਰੇ ਹਵਾਲੇ ਕਰ ਜਿਹੜੀ ਕਸ਼ੈ ਲਈ ਵਧੈ। ਅੱਲਾਹੁ ਅਕਬਰ। ਆਖਿਆ ਜਲਦੀ ਕਰ ਜਿਹੜੀ ਕਸ਼ੈ ਲਈ ਵਧੈ। ਮੈਂ ਆਖਿਆ ਗੱਲ ਸੁਣ, ਇਹ ਹਰ ਸ਼ੈ ਤੂੰ ਲੈ ਲੈ ਪਰ ਮੈਨੂੰ ਆਖੀ ਕੁਝ ਨਹੀਂ। ਉਸ ਆਖਿਆ ਨਹੀਂ ਨਹੀਂ, ਮੈਂ ਤੈਨੂੰ ਵੀ ਕਤਲ ਕਰਨਾ ਹੈ, ਹੱਤਾ ਕਿ ਉਸ ਮੇਰਾ ਜਿਹੜਾ ਸਮਾਨ ਹੈ ਤਜਾਰਾ ਤਾਈ ਉਹ ਵੀ ਲੈ ਲਿਆ ਹੈ, ਪੈਸੇ ਵੀ ਲੈ ਲਏ, ਹੱਤਾ ਕਿ ਉਸ ਮੇਰੀ ਸਵਾਰੀ ਵੀ ਲੈ ਲਈ, ਮੇਰੇ ਵਜੂਦ ਦੇ ਕੱਪੜੇ ਵੀ ਲਹਾ ਲਏ ਤੇ ਆਖੇ ਮੈਂ ਤੈਨੂੰ ਕਤਲ ਕਰਨਾ ਚਾਹੁੰਦਾ ਤਿਆਰ ਹੋ। ਅੱਲਾ ਦੇ ਪਾਕ ਪੈਗੰਬਰ ਜੀ, ਮੈਂ ਉਸਨੂੰ ਆਖਿਆ ਜਿਹੜੀ ਤੇਰੇ ਦਿਲ ਕਰਦਾ ਲੈ ਲੈ, ਮੇਰੇ ਬੱਚੇ ਛੋਟੇ ਨੇ ਮੈਨੂੰ ਕਤਲ ਤੇ ਨਾ ਕਰ। ਲੇਕਿਨ ਉਹ ਆਪਣੀ ਗੱਲ ਤੇ ਕਾਇਮ ਰਹਿੰਦਿਆ ਹੈ, ਜਦੋਂ ਕਤਲ ਕਰਨ ਲੱਗਾ ਤਾਂ ਮੈਨੂੰ ਆਖਣ ਲੱਗਾ ਹੈ ਕੋਈ ਤੇਰੀ ਆਖਰੀ ਖਾਹਿਸ਼ ਹੋਵੇ ਤਾਂ ਦੱਸਿਆ ਜਾ। ਮੈਂ ਆਖਿਆ ਹੋਰ ਤਾਂ ਮੇਰੀ ਖਾਹਿਸ਼ ਕਾਈ ਨਹੀਂ, ਇਹ ਖਾਹਿਸ਼ ਹੈ ਮੈਨੂੰ 2 ਰਕਾਤਾਂ ਪੜ੍ਹ ਕੇ ਆਪਣੇ ਸੱਜਣ ਨਾਲ ਗੱਲ ਕਰ ਲੈ। ਉਸ ਆਖਿਆ ਪਹਿਲੇ ਗੱਲ ਸੁਣ, ਮੇਰੀ ਹੈ ਖੂਹ ਦੇ ਮੁੰਡੇਰੇ ਤੇ ਲੈ ਗਿਆ ਹੈ, ਵੇਖਿਆ ਹੈ ਬੜੇ ਬੜੇ ਲੋਕਾਂ ਦੀਆਂ ਗਰਦਨਾਂ ਘਟੀਆਂ ਪਈਆਂ। ਉਸ ਆਖਿਆ ਹੈ ਇਹਨਾਂ ਦੀਆਂ ਨਮਾਜ਼ਾਂ ਵੀ ਇਹਨਾਂ ਨੂੰ ਕੰਮ ਨਾ ਆਈਆਂ, ਇਹਨਾਂ ਦੀਆਂ ਤਿਲਾਵਤਾਂ ਵੀ ਇਹਨਾਂ ਨੂੰ ਕੰਮ ਨਾ ਆਈਆਂ। ਮੈਂ ਆਖਿਆ ਮੇਰੀ ਨਮਾਜ਼ ਮੈਨੂੰ ਨਹੀਂ ਬਚਾਉਣਾ, ਮੈਨੂੰ ਮੇਰੇ ਅੱਲਾ ਬਚਾਉਣਾ ਹੈ। ਮੇਰੇ ਕੱਪੜੇ ਵੀ ਲਹਾ ਲਏ, ਮੈਂ ਤਯੰਮੁਮ ਕੀਤਾ, ਜੇ ਪੈ ਗਿਆ ਤਾਂ ਇਸ਼ਾਰਿਆਂ ਨਾਲ ਮੈਂ ਨਮਾਜ਼ ਪੜ੍ਹਨਾ ਸ਼ੁਰੂ ਕਰ ਦਿੱਤੀ। ਜਦੋਂ ਮੈਂ ਇਸ਼ਾਰੇ ਨਾਲ ਸਜਦਾ ਕਰਦਾ ਤਾਂ ਦਿਲ ਵਿੱਚ ਰੋ ਕੇ ਆਉਂਦਾ, ਅੱਲਾ ਸਾਈਆਂ ਤੇਰੇ ਬਗੈਰ ਮੇਰੀਆਂ ਮੁਸ਼ਕਿਲਾਂ ਹੱਲ ਕਰਨ ਵਾਲਾ ਕੋਈ ਨਹੀਂ। ਅੱਲਾ ਦੇ ਸੋਹਣੇ ਨਬੀ ਜੀ,
ਜਦੋਂ ਮੈਂ ਆਖਰੀ ਸਹੀਦਾ ਕਰਕੇ ਬੈਠਾ ਪਿੱਛੋਂ ਆਵਾਜ਼ ਆਈ ਏ ਉਹ ਨਮਾਜ਼ ਪੜ੍ਹ ਕੇ ਅੱਲਾਹ ਕੋਲੋਂ ਮਦਦ ਮੰਗਣ ਵਾਲਿਆ ਘਬਰਾ ਨਹੀਂ ਪਿੱਛੇ ਮੁੜ ਕੇ ਵੇਖ ਲੈ ਤੇਰੇ ਦੁਸ਼ਮਣ ਦਾ ਸੀ ਨਿਸ਼ਾਨ ਮਿਟਾ ਅੱਲਾ ਦੇ ਪਾਕ ਪੈਗੰਬਰ ਜੀ ਮੈਂ ਹੈਰਾਨ ਹੋ ਗਿਆ ਕਿਹਦਾ ਉਹ ਆਵਾਜ਼ ਬਦਲਾ ਕੇ ਗੱਲਾਂ ਤਾਂ ਨਹੀਂ ਕਰੇਂਦਾ ਬੈਠਾ ਜਦੋਂ ਮੈਂ ਨਮਾਜ਼ ਮੁਕਾ ਬਣਦੇ ਨੇ ਰਿਆਸ ਜੇ ਸਲਾਮ ਆਪਣੇ ਫੇਰੇ ਲਈਏ ਤਾਂ ਯਕਦਮ ਉਹ ਬੰਦੇ ਨੇ ਮੇਰੇ ਸੱਜੇ ਮੋਢੇ ਕੋਲੋਂ ਫੜ ਕੇ ਮੈਨੂੰ ਪਿੱਛਾ ਫੇਰਿਆ ਆਖੇ ਵੇਖ ਤਾਂ ਸਹੀ ਤੇਰੇ ਦੁਸ਼ਮਣ ਨਾਲ ਕੀ ਹੋਇਆ ਖਲੋਤ ਹੈ ਜਦੋਂ ਵੇਖਿਆ ਤੇ ਕਿਹੜਾ ਦੁਸ਼ਮਣ ਆਈ ਮੇਰਾ ਉਹਨੇ ਦੇ ਉੱਤੇ ਟੰਗੇ ਹੋਇਆ ਮੌਜੂਦ ਆਈ ਤੇ ਮਰਿਆ ਪਿਆ ਮੈਂ ਵੇਖਿਆ ਇਹਦੇ ਸਫੈਦ ਲਿਬਾਸ ਤੇ ਕੱਪੜੇ ਆਣ ਬੜਾ ਸੋਹਣਾ ਨੂਰਾਨੀ ਚਿਹਰਾ ਈ ਮੈਂ ਆਖਿਆ ਤੂੰ ਕੌਣ ਹੈ ਉਸ ਆਖਿਆ ਤੇਰਾ ਕੰਮ ਹੋ ਗਿਆ ਹੈ ਹੁਣ ਤੂੰ ਜਾਣਦਾ ਤੇਰਾ ਕੰਮ ਜਾਣੇ ਮੈਨੂੰ ਮੰਨਣ ਦੇ ਮੈਂ ਆਖਿਆ ਨਹੀਂ ਨਹੀਂ ਇਸ ਜੰਗਲ ਵਿੱਚ ਕੌਣ ਹੈ ਤੂੰ ਮੇਰੇ ਨਾਲ ਤਾਂ ਅਮਨ ਕਰਨ ਵਾਲਾ ਉਸ ਆਖਿਆ ਗੱਲ ਸੁਣ ਜਦੋਂ ਤੂੰ ਪਹਿਲਾ ਸਜਦਾ ਕੀਤਾ ਈ ਅੱਲਾ ਤੇਰੀ ਆਵਾਜ਼ ਪਹਿਲੇ ਅਸਮਾਨ ਤੇ ਪਹੁੰਚਾ ਜਦੋਂ ਤੂੰ ਦੂਸਰਾ ਸਜਦਾ ਕੀਤਾ ਹੈ ਤੇ ਅੱਲਾ ਤੇਰੀ ਆਵਾਜ਼ ਨੂੰ ਦੂਸਰੇ ਅਸਮਾਨਾਂ ਤੇ ਪਹੁੰਚਾਇਆ ਹੈ ਜਦੋਂ ਤੂੰ ਤੀਸਰਾ ਸਜਦਾ ਕੀਤਾ ਹੈ ਤੇ ਅੱਲਾ ਤੇਰੀ ਆਵਾਜ਼ ਨੂੰ ਤੀਸਰੇ ਅਸਮਾਨ ਤੇ ਪਹੁੰਚਾ ਦਿੰਦਾ ਹੈ ਜਦੋਂ ਤੂੰ ਆਖਰੀ ਸਜਦਾ ਕੀਤਾ ਹੈ ਤੇ ਚੌਥੇ ਅਸਮਾਨ ਤੇ ਤੇਰੀ ਆਵਾਜ਼ ਗਈ ਮੈਂ ਚੌਥੇ ਅਸਮਾਨ ਦਾ ਫਰਿਸ਼ਤਾ ਹਰ ਅਸਮਾਨ ਦੇ ਫਰਿਸ਼ਤਿਆਂ ਨੇ ਇਜਾਜ਼ਤ ਲਈਏ ਅੱਲਾ ਅਸੀਂ ਜਾਵੀਏ ਤੇਰੇ ਬੰਦੇ ਦੀ ਮਦਦ ਵਾਸਤੇ ਪਹਿਲਾਂ ਫਿਰ ਮੈਨੂੰ ਇਜਾਜ਼ਤ ਮਿਲ ਗਈ ਏ ਤੇ ਮੈਂ ਫਰਿਸ਼ਤਾ ਤੇਰੀ ਮੁਆਵਨਤ ਵਾਸਤੇ ਭੇਜਿਆ ਅੱਲਾ ਫਰਮਾਇਆ ਦੋ ਸ਼ਹੀਆਂ ਤੇ ਤੂੰ ਅਮਲ ਚ ਕਰ ਤੇਰੀਆਂ ਪਰੇਸ਼ਾਨੀਆਂ ਨੂੰ ਮੈਂ ਅੱਲਾ ਆਪ ਹੱਲ ਕਰ ਦੇਸਾ ਖੇਖੇ ਦੇ ਅੱਲਾ ਦਾ ਕੁਰਾਨ ਤੇ ਦੂਜੀ ਇਹਦੇ ਨਮਾਜ਼ ਵਾਲਾ ਪੈਗਾਮ ਸੁਭਾਨ ਅੱਲਾ ਆਖਰੀ ਜੁਮਲੇ ਸ਼ੁਰੂ ਤੋਂ ਮੁੜ ਦੁਆ ਹੈ ਲੇਕਿਨ ਇੱਕ ਵਾਰੀ ਮਿਲ ਕੇ ਸੁਭਾਨ ਅੱਲਾ ਉਹ ਯਾਰ ਇਹ ਨਮਾਜ਼ ਦਾ ਅਮਲ ਇਹਨਾਂ ਸੋਹਣਾ ਅਮਲ ਆ ਤਵਜੋ ਹੈ ਅੱਲਾ ਅੱਲਾ ਨੇ ਆਪਣੇ ਨਬੀ ਨੂੰ ਫਰਮਾਇਆ ਮੇਰਾ ਪੈਗੰਬਰ ਤੁਸੀਂ ਵੀ ਨਮਾਜ਼ ਪੜ੍ਹਦੇ ਰਹਿਆ ਹੈ ਪੜ੍ਹਦੇ ਰਹਿਆ ਹੈ ਕਦੋਂ ਤੱਕ ਪੜ੍ਹਦੇ ਰਹਿਆ ਹੈ ਵਅਬੁਦ ਰੱਬਕਾ ਹੱਤਾ ਯਾਤੀਕਲ ਯਕੀਨ ਵਿਖਿਆ ਜ਼ਰਾ ਸ਼ਰੀਅਤ ਦਾ ਮਸਲਾ ਰਮਜ਼ਾਨ ਦੇ ਅੰਦਰ ਰੋਜ਼ਾ ਫਰਜ਼ ਏ ਪੂਰੇ ਸਾਲ ਚ ਇੱਕ ਮਹੀਨਾ ਸਹਿਬੇ ਨਿਸਾਫੇ ਤਾਂ ਜ਼ਕਾਤ ਫਰਜ਼ ਏ ਸਾਲ ਤੋਂ ਬਾਅਦ ਹੈਸੀਅਤ ਰੱਖਦੇ ਤੇ ਇੱਕ ਦਫ਼ਾ ਜ਼ਿੰਦਗੀ ਦੇ ਅੰਦਰ ਹਜ ਫਰਜ਼ ਨੇ ਅਗਰ ਉਹਦੇ ਕੋਲ ਪੈਸਾ ਏ ਤਾਂ ਸਦਕਾ ਖੈਰਾਤ ਕਰੇ ਲੇਕਿਨ ਨਮਾਜ਼ ਐਸਾ ਅਮਲ ਈ ਜਿਹੜਾ ਖੁਸ਼ੀ ਦੇ ਵਿੱਚ ਵੀ ਕਰਨਾ ਹੈ ਮੈਂ ਸਾਹਮਣੇ ਘਰ ਵਿੱਚ ਪਈ ਹੈ ਤਾਂ ਵੀ ਨਮਾਜ਼ ਪੜ੍ਹਨੀ ਹੈ ਛੋੜਨ ਦੀ ਇਜਾਜ਼ਤ ਕੋਈ ਨਹੀਂ ਐਨ ਮੈਦਾਨੇ ਜਿਹਾਦ ਲੱਗਾ ਹੋਇਆ ਹੈ ਤਾਂ ਵੀ ਜਿਹਾਦ ਦੇ ਅੰਦਰ ਵੀ ਨਮਾਜ਼ ਫਰਜ਼ ਹੈ ਛੋੜਨ ਦੀ ਇਜਾਜ਼ਤ ਕੋਈ ਨਹੀਂ ਤੇ ਅੱਲਾ ਆਪਣੇ ਨਬੀ ਨੂੰ ਫਰਮਾਇਂਦਾ ਮੇਰਾ ਪੈਗੰਬਰ ਨਮਾਜ਼ ਪੜ੍ਹਦਾ ਰਵੀ ਉਸ ਵਕਤ ਤੱਕ ਜਦੋਂ ਤੱਕ ਜਨਾਬ ਤੇ ਮੌਤ ਸ਼ਰੀਫ ਨਹੀਂ ਆ ਜਾਂਦੀ ਉਸ ਤੋਂ ਪਹਿਲੇ ਨਮਾਜ਼ ਤੁਹਾਨੂੰ ਮਾਫ ਨਹੀਂ ਜਦੋਂ ਮੌਤ ਸ਼ਰੀਫ ਆ ਗਈ ਫਿਰ ਜਹਾਨ ਬਦਲ ਜਾਣਾ ਫਿਰ ਨਮਾਜ਼ਾਂ ਦੀ ਲੋੜ ਕਰੀ ਨਹੀਂ ਵੱਧ ਜੰਨਤ ਹੋਣੀ ਹੈ ਤਾਂ ਮੇਰਾ ਮੁਸਤਫਾ ਸ਼ੇਖ ਅਬਦੁਲ ਕਾਦਰ ਜਿਲਾਨੀ ਰਹਿਮਤੁਲਲਾਹ ਤਾਲਾ ਅਲੈ ਜਾਗ ਰਹੇ ਹੋ ਕਿ ਨਹੀਂ ਅੱਜ ਤੋਂ ਬਾਅਦ ਨਮਾਜ਼ ਮਾਫ ਮੈਂ ਤੇ ਨਾਰਾਜ਼ੀ ਹੋ ਗਿਆ ਤੇ ਉਹ ਪੀਰ ਜਿੰਦੇ ਪੀਰ ਨਾਈ ਜਿਵੇਂ ਅੱਜ ਦੇ ਘੁਬਰੂ ਸ਼ਾਹ ਬਣੇ ਵਾਲੇ ਉਹ ਸੱਚਾ ਪੀਰ ਆਈ ਤਾਂ ਕੁਰਾਨ ਸੁਨਤ ਨੂੰ ਜਾਣਨ ਵਾਲਾ ਆਈ ਉਸ ਫੌਰਨ ਕੁਰਾਨ ਚ ਨਜ਼ਰ ਦੌੜਾਈ ਆਇਤ ਸਾਹਮਣੇ ਆ ਗਈ ਵਾਬੁਦ ਰੱਬਕਾ ਹੱਤਾ ਯਾਤੀਆ ਕਲ ਯਕੀਨ ਅੱਲਾ ਆਪਣੇ ਨਬੀ ਨੂੰ ਤਾਂ ਫਰਮਾਇਆ ਮੇਰਾ
پیغمبر تو اس وقت تک نماز پڑھدا نہیں جدو تک موت نہیں آتی تے میں کوئی نبی تو بڑا تے نہیں ہے شیطان دی سازش ہو سکدی ہے شیخ عبدالقادر جیلانی پڑھیا اعوذ باللہ من الشیطان الرجیم شیطان دڑ کی لائی تے نس گیا اگلے چوک وچ من ملیا کہ عبدالقادر میں بڑے بڑے لوگوں نو پھسلایا لیکن تینوں تیرا گلم بچا شیطان آتا ہے عبدالقادر میں بڑے بڑے مولویوں ڈھایا بڑے بڑے پیروں ڈھایا تو پیچھے مڑ بہ کے بےچارے ویک نہیں سکے پہلے حملے نالوں میرا دوجا حملہ زیادہ خطرناک ہے جس روپ انتہائی حلیل اور خراب ہے اجازت دو چار منٹ سنا کے دعا کر آخری لمحات میرے پیغمبر صلی اللہ علیہ وسلم دے طبیعت بڑی خراب ہے لکھیا ہے نماز دی امیت سر سنیا ہے بدعا ہے اللہ دے پاک پیغمبر دا عظیم صحابی مؤذن رسول حضرت بلال بہر بیٹھے ہوئے اللہ دے پاک پیغمبر جمعرات دی رات نے عشاء دا ٹائم نے پیغمبر علیہ السلام واسطے صحابہ انتظار پہ کریں دے جو آمن دے شاہو نماز آ کے پڑھاول اللہ دے پیغمبر نے پوچھیا عائشہ لوگا نماز پڑھیے کہ کوئی نہ جڑے یا رسول اللہ تہاڈا انتظار پہ ہو اللہ دے پاک پیغمبر جی تہاڈا انتظار پیا ہوندا ہے میرے پیغمبر نے فرمایا عائشہ پانی لیا مینو وضو کرا میں جماعت کراوا اللہ دے نبی نے وضو کیتا لیکن طبیعت سنبھلی نہیں اگے نالوں زیادہ بخار دی شدت ود گئی آقا پھر لیٹ گئے پھر میرے پیغمبر دی طبیعت کچھ سنبھلی ہے تا فرمایا عائشہ لوگا نماز پڑھیے کہ کوئی نہ جنے جی حضرت بلال بہر بیٹھے تا تہاڈا انتظار ہوندا پیا ہے جدو دوسری میری وضو کیتا ہے مڑ تیسری میری بھی انجے ہو گیا ہے میرے پیغمبر نے فرمایا ہے میرے صحابہ دی نماز رہ نہ جاوے میری طبیعت ساتھ نہیں پہ دیتی جماعت کراون واسطے وجو میری طرف آڈر دے دو مرو ابا بکر فل یصلی بالماء میرے ابو بکر نو آکھو میرے مسلے تے کھلو کے جماعت کرا دے وے اگرچہ میری طبیعت زیادہ خراب ہے لیکن نماز اس موقع تے بھی چھوڑن دی اجازت نہیں ہے پھر ایک دن آیا ہے میرے پیغمبر نے اپنی کھڑکی تو پردہ ہٹایا ہے ابو بکر صدیق مسلے نبی دے اوتے پیچھے صحابہ کرام موجود ہیں تے میرے پیغمبر ویکھے چہرے دے اوتے مسکراہٹ آ گئی اللہ دے نبی فرمایا مینوں لے ونجو میں شرکت کرنا چاہتا ابو بکر صدیق نو جدو پتا لگا ہے کہ آمن دلال تشریف لے آیا ہے ابو بکر نے مسلح چھوڑ دیتا ہے جڑا سچا عاشق ہوتا ہے وہ قدرے برداشت نہیں کرتا ہوتا اللہ دے نبی فرمایا ابو بکر کھلوتا رہے ون بعد وچ آمن دلال فرمایا ابو بکر آپ میں جو آدھر ہے آمن تو کھلوتا کیوں نے وے رہ گیا اکھے یا رسول اللہ جتھے نبیاں دا امام ہوئے
ਪੁੱਛੇ ਮੈਂ ਆਪਨ ਦਿਲਾਲ ਦੀ ਮੌਜੂਦਗੀ ਵਿੱਚ ਮੈਂ ਅਬੂ ਬਕਰ ਦੀ ਕੇ ਹਸੀਅਤ ਏ ਜੋ ਮੈਂ ਮੁਸੱਲੇ ਤੇ ਖਲੋਤਾ ਰਹਿ ਵਾਂ ਅੱਲਾ ਦੇ ਨਬੀ ਨੇ ਉਹ ਨਮਾਜ਼ ਸ਼ੁਰੂ ਕੀਤੀ ਏ ਨਾਲ ਮੇਰੇ ਪੈਗੰਬਰ ਨੇ ਮੋਹਰ ਲਾ ਦਿੱਤੀ ਕਿ ਮੇਰੇ ਮੁਸੱਲੇ ਦਾ ਵਾਰਿਸ ਬਣ ਸਕਦਾ ਹੈ ਤੇ ਅਬੂ ਬਕਰ ਸਿੱਦੀਕ ਬਣ ਸਕਦਾ ਸਮਝ ਆਉਂਦੀ ਹੈ ਬਿਮਾਰੀ ਦੇ ਅਯਾਮ ਦੇ ਅੰਦਰ ਵੀ ਅੱਲਾ ਦੇ ਨਬੀ ਨੇ ਨਮਾਜ਼ ਨੂੰ ਛੋੜਿਆ ਨਹੀਂ ਇਸ ਨੂੰ ਅੱਲਾ ਫਰਮਾਉਂਦੇ ਬਦਲੋ ਮਾ ਸ਼ੁਕਰ ਅੱਲਾਹ।